ਅੱਜ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਇੱਕ ਅਹਿਮ ਬੈਠਕ ਬੁਲਾਈ ਗਈ ਸੀ। ਬੈਠਕ ਤੋਂ ਪਹਿਲਾਂ ਪਿਛਲੇ ਕਈ ਦਿਨਾਂ ਤੋਂ ਧਰਨਿਆਂ 'ਚ ਸ਼ਾਮਲ ਕਿਸਾਨ ਆਗੂਆਂ ਨੇ ਪੂਰੀ ਆਸ ਜਤਾਈ ਕਿ ਅੱਜ ਦੀ ਮੀਟਿੰਗ 'ਚ ਸਿੱਟਾ ਜ਼ਰੂਰ ਨਿਕਲੇਗਾ। ਕੋ ਅਸੀਂ ਪੋਜ਼ਿਟਿਵ ਅਸੀਂ ਇਸ ਆਪਣੇ ਦ੍ਰਿੜ ਇਰਾਦੇ ਤੇ ਹਾਂ ਔਰ ਲੋਕਾਂ ਦੀਆਂ ਜੋ ਭਾਵਨਾਵਾਂ ਨੇ ਉਹਨਾਂ ਨੂੰ ਲੈ ਕੇ ਅਸੀਂ ਚੱਲ ਰਹੇ ਹਾਂ ਤੇ ਲੋਕ ਸਾਡੇ ਦਿਨ ਪ੍ਰਤੀ ਦਿਨ ਜਿਹੜੇ ਜਿਸ ਤਰ੍ਹਾਂ ਵੱਧ ਰਹੇ ਆ। ਔਰ ਇੱਕ ਗੱਲ ਹੋਰ ਤੁਹਾਨੂੰ ਪਤਾ ਹੋਏਗਾ ਕਿ ਅਸੀਂ ਜਿਹੜੀਆਂ ਉਹਨਾਂ ਦੀਆਂ ਸਾਜ਼ਸ਼ਾਂ ਨੇ ਰਾਤੀ ਵੀ ਇੱਕ ਜਿਹੜੀ ਆ ਉਹ ਲੜਕੀ ਜਿਹੜੀ ਆ ਪੜੀ ਆ ਅਸੀਂ ਸਾਰਾ ਕੁਝ ਜਿਹੜਾ ਸਰਕਾਰ ਦੀਆਂ ਜਿਹੜੀਆਂ ਸਾਜ਼ਸ਼ਾਂ ਨੇ ਨਾ ਉਹਨਾਂ ਨੂੰ ਨਾਕਾਮ ਕਰ ਰਹੇ ਹਾਂ ਗੁਰੂ ਦੀ ਕਿਰਪਾ ਨਾਲ ਤੇ ਅਸੀਂ ਇਸ ਕਰ ਤੱਕ ਚੜ੍ਹਦੀ ਕਲਾ 'ਚ। ਕਿਸਾਨ ਬੜਾ ਆਸ਼ਾਵਾਦੀ ਹੈ, ਇਸ ਵਾਰ ਮੁੜ ਤੋਂ ਆਸ਼ਾ ਦੀ ਉਮੀਦ ਜਤਾਈ ਜਾ ਸਕਦੀ ਹੈ ਕਿ ਵੀ ਹਾਂ ਮੀਟਿੰਗ ਵਿੱਚ ਕੁਝ ਅੱਛਾ ਹੀ ਹੋਵੇਗਾ। ਜੀਵੇ ਆਸਾ ਮਰੇ ਨਿਰਾਸਾ, ਅਸੀਂ ਆਸ ਲੈ ਕੇ ਚੱਲੇ ਹਾਂ ਔਰ ਜਿੱਤ ਨੂੰ ਲੈ ਕੇ ਚੱਲੇ ਹਾਂ। ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਪਤਾ ਜਦੋਂ ਸਰਾਂ ਚਮਕੌਰ ਦੀ ਗੜੀ ਦੇ ਵਿੱਚੋਂ ਆਏ ਨੇ ਮਾਸੂਵਾੜੇ ਦੇ ਜੰਗਲਾਂ 'ਚ ਹੁੰਦੇ ਹੋਏ ਦੀਨਾ ਕਾਂਗੜ ਆ ਗਏ, ਔਰੰਗਜ਼ੇਬ ਨੂੰ ਚਿੱਠੀ ਲਿਖਦੇ ਆ, ਉਹ ਚਿੱਠੀ ਕੀ ਸੀ? ਜ਼ਫਰਨਾਮਾ, ਜਿੱਤ ਦੀ ਚਿੱਠੀ। ਉਹ ਜਿੱਤ ਦੀ ਚਿੱਠੀ ਸੀ, ਗੁਰੂ ਸਾਹਿਬ ਨੇ ਅਸੀਂ ਉਸ ਗੁਰੂ ਦੇ ਸਿੱਖ ਹਾਂ। ਬਿਲਕੁਲ, ਪੰਜਾਬ ਇਸ ਵਕਤ ਅਗਵਾਈ ਕਰ ਰਿਹਾ ਹੈ, ਉਮੀਦ ਨਜ਼ਰ ਸੀ ਸਾਰਿਆਂ ਦੀ। ਪਹਿਲੇ ਕਿਹਾ ਗਿਆ ਕਿ ਪੰਜਾਬ ਦੇ ਕੋਲ ਲੋਕ ਨੇ, ਪੰਜਾਬ ਇਸ ਵਕਤ ਦੇਸ਼ ਦੀ ਅਗਵਾਈ ਕਰਦਾ ਨਜ਼ਰ ਆ ਰਿਹਾ। ਦੇਸ਼ ਨਹੀਂ, ਅੱਜ ਪੰਜਾਬ ਨੇ ਇਹ ਸ਼ੁਰੂਆਤ ਕੀਤੀ, ਉਸ ਤੋਂ ਬਾਅਦ ਹਰਿਆਣਾ, ਰਾਜਸਥਾਨ, ਯੂਪੀ, ਅੱਗੇ ਮੱਧ ਪ੍ਰਦੇਸ਼, ਆਂਧਰਾ, ਕੇਰਲਾ, ਮਤਲਬ ਕਿ ਸਾਰਾ ਦੇਸ਼ ਤੋਂ ਅੱਗੇ। ਇਹ ਹੁਣ ਮੈਂ ਕਹਿਣ ਤੋਂ ਗਰੇਜ ਨਹੀਂ ਕਰਾਂਗਾ, ਇਹ ਸੱਚ ਹੈ ਕਿ ਹੁਣ ਇਸ ਟਾਈਮ ਦੇ ਉੱਤੇ ਜਿਹੜਾ ਹੈ ਉਹ ਵਰਲਡ ਦਾ ਇਹ ਐਜੀਟੇਸ਼ਨ ਬਣ। ਮੀਟਿੰਗ ਤੋਂ ਪਹਿਲਾਂ ਸੁਰਜੀਤ ਜਿਆਣੀ ਨੇ ਵੀ ਕਿਹਾ ਕਿ ਮੀਟਿੰਗ 'ਚ ਸਿੱਟਾ ਨਿਕਲਣ ਦੇ ਪੂਰੇ ਚਾਂਸ ਨੇ। ਉਹਨਾਂ ਨੇ ਕਿਹਾ ਕਿ ਕਈ ਮੀਟਿੰਗਾਂ ਤੋਂ ਅੱਜ ਦੀ ਮੀਟਿੰਗ 'ਚ ਹੱਲ ਜ਼ਰੂਰ ਨਿਕਲੇਗਾ। ਜਿਆਣੀ ਨੇ ਕਿਹਾ ਕਿ ਸਰਕਾਰ ਨੇ ਨਤੀਜੇ ਤੱਕ ਪਹੁੰਚਣ ਲਈ ਹੀ ਬੈਠਕ ਬੁਲਾਈ ਹੈ, ਜਿਸ ਤੋਂ ਉਹਨਾਂ ਨੂੰ ਪੂਰੀ ਆਸ ਹੈ ਕਿ ਅੱਜ ਸਿੱਟਾ ਜ਼ਰੂਰ ਨਿਕਲੇਗਾ। ਉਹ ਜਿਹੜੀ ਕਿਸਾਨਾਂ ਦੀ ਜਿਹੜੀ ਗੱਲ ਹੈ, ਸਮੱਸਿਆ ਜਿਹੜੀ ਹੱਲ ਹੋ ਜਾਣੀ ਹੈ, ਕਿਉਂਕਿ 5 ਮੀਟਿੰਗਾਂ ਉੱਥੇ ਹੋਈ ਸੀਗੀ ਵਿਗਿਆਨ ਭਵਨ 'ਚ ਅਤੇ ਇੱਕ ਅਮਿਤ ਸ਼ਾਹ ਜੀ ਨਾਲ ਹੋਈ ਸੀ। ਗੱਲਾਂ ਬਾਤਾਂ ਦਾ ਸਾਰ ਤਾਂ ਨਿਕਲ ਚੁੱਕਿਆ, ਹੁਣ ਤਾਂ ਬਸ ਫੈਸਲੇ ਲੈਣੇ ਆ। ਤਾਂ ਜਥੇਬੰਦੀਆਂ ਜਾਣਗੀਆਂ, ਸਰਕਾਰ ਦੇ ਮੰਤਰੀ ਸਾਡੇ ਬੈਠਣਗੇ, ਤਾਂ ਫੈਸਲਾ ਹੋ ਜੂਗਾ। ਉਮੀਦ ਹੈ ਅੱਜ ਕੀ ਮੰਨ ਜਾਏਗੀ ਸਰਕਾਰ, ਕਿਉਂਕਿ ਉਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਕਿ ਵਾਪਸ ਲਓ, ਉਸ ਤੋਂ ਬਾਅਦ ਅਗਲੀ ਗੱਲ ਕਰੋ। ਤੁਸੀਂ ਕਹਿ ਰਹੇ ਵਾਪਸ ਹੋਣਾ ਨਹੀਂ, ਵਿੱਚ ਦੀ ਗੱਲ ਕਰੋ, ਫਿਰ ਅੱਜ ਦੀ ਮੀਟਿੰਗ 'ਚ ਵੀ ਫਿਰ ਕੀ ਹੋਏਗਾ? ਇਹ ਤਾਂ ਮੀਟਿੰਗ ਦੇ ਵਿੱਚ ਹੀ ਹੱਲ ਜਿਹੜਾ ਹੋਣਾ ਹੈ। ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨੀ ਹੈ, ਜਥੇਬੰਦੀਆਂ ਸਰਕਾਰ ਨਾਲ ਗੱਲ ਕਰੇਗੀ। ਜਦੋਂ ਮੰਥਨ ਤਾਂ ਕਾਫੀ ਹੋ ਚੁੱਕਿਆ, ਹੁਣ ਤਾਂ ਬਸ ਮੱਖਣ ਕੱਢਣਾ ਤੇ ਅੱਜ ਕੱਢਿਆ ਜਾਣਾ, ਕੋਈ ਅਜੀ ਗੱਲ ਨਹੀਂ। ਨਿਕਲ ਜਾਏਗਾ ਅੱਜ ਮੱਖਣ? ਆ ਪੱਕਾ ਨਿਕਲੇਗਾ, ਮੰਥਨ ਬਹੁਤ ਹੋ ਗਿਆ, ਮੱਥਨ ਬਹੁਤ ਹੋ ਗਿਆ। ਹਾਂ, ਬੈਠਗਾ ਬਹੁਤ ਹੋ ਗਿਆ, ਅੱਜ ਹੋ ਜਾਣਾ। ਅੱਜ ਦੀ ਮੀਟਿੰਗ ਦੇ ਵਿੱਚ ਉਹੀ ਮੰਤਰੀ ਰਹਿਣਗੇ ਜਾਂ ਅਮਿਤ ਸ਼ਾਹ ਜੀ ਵੀ ਆਉਣਗੇ? ਦੇਖੋ, ਮੈਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦਾ, ਉਹ ਸਰਕਾਰ ਦਾ ਕੰਮ ਹੈ, ਉਹ ਤਾਂ ਮੰਤਰੀ ਜਿਹੜੇ ਸੀ ਉਹ ਤਾਂ ਰਹਿ ਨਹੀਂ ਰਹਿਣੇ। ਮੀਟਿੰਗ 'ਚ ਸ਼ਾਮਲ ਹੋਣ ਤੋਂ ਪਹਿਲਾਂ ਵਿਗਿਆਨ ਭਵਨ ਪਹੁੰਚੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜੇਕਰ ਸਰਕਾਰ ਦਾ ਪਹਿਲਾ ਵਰਗਾ ਅੜੀਅਲ ਰਵੱਈਆ ਰਿਹਾ ਤਾਂ ਉਹਨਾਂ ਵੱਲੋਂ ਇੱਕ ਵਾਰ ਹੋਰ ਸਰਕਾਰ 'ਤੇ ਦਬਾਅ ਬਣਾਇਆ ਜਾਏਗਾ। ਉਹਨਾਂ ਨੇ ਕਿਹਾ ਕਿ ਲੋਕਾਂ ਵੱਲੋਂ ਸਰਕਾਰ ਬਣਾਈ ਜਾਂਦੀ ਹੈ, ਇਸ ਲਈ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਕੇ ਮੰਗਾਂ ਮੰਨਣੀਆਂ ਪੈਣਗੀਆਂ। ਦੇਖਦੇ ਕੀ ਹੁੰਦਾ, ਆਮ ਤੌਰ 'ਤੇ ਜਿਸ ਤਰ੍ਹਾਂ ਸਰਕਾਰਾਂ ਦਾ ਰਵੱਈਆ ਹੁਣ ਤੱਕ ਰਿਹਾ, ਜੇ ਤਾਂ ਉਦੋਂ ਦਾ ਅੜੀਅਲ ਰਵੱਈਆ ਰਿਹਾ ਤਾਂ ਫਿਰ ਇੱਕ ਵਾਰੀ ਸਾਨੂੰ ਹੋਰ ਦਬਾਅ ਬਣਾਉਣਾ ਪਏਗਾ। ਅਦਰਵਾਈਜ਼ ਹੁਣ ਜਿੰਨਾ ਇਹ ਅੰਦੋਲਨ ਸਾਰੇ ਦੇਸ਼ ਵਿੱਚ ਅੱਗੇ ਵੱਧ ਗਿਆ, ਤਾਂ ਸਰਕਾਰਾਂ ਲੋਕਾਂ ਲਈ ਹੁੰਦੀਆਂ ਨੇ, ਲੋਕ ਸਰਕਾਰਾਂ ਲਈ ਨਹੀਂ ਹੁੰਦੇ। ਇਸ ਕਰਕੇ ਸਰਕਾਰਾਂ ਨੂੰ ਆਪਣਾ ਅੜੀਅਲ ਵਤੀਰਾ ਛੱਡ ਕੇ ਇਹ ਮੰਗਾਂ ਜਿਹੜੀਆਂ ਇਹ ਮੰਨਣੀਆਂ ਪੈਣਗੀਆਂ। ਔਰ ਇਹਦੇ 'ਚ ਹੁਣ ਕੋਈ ਦੋ ਰਾਇਆ ਨਹੀਂ, ਅਸੀਂ ਵਾਰ ਵਾਰ ਜੋ ਮਰਜ਼ੀ ਟੀ ਵੀ ਚੈਨਲਾਂ 'ਤੇ ਬੈਠ ਕੇ ਕੇਂਦਰ ਦੇ ਮੰਤਰੀ ਕਹੀ ਜਾਣ, ਅਸੀਂ ਬੜਾ ਸਪਸ਼ਟ ਕਰ ਚੁੱਕੇ ਹਾਂ ਵੀ ਤੁਹਾਡੇ ਕਾਨੂੰਨ ਕਿਸਾਨਾਂ ਨੂੰ ਕੋਈ ਲਾਭ ਹੋਣ ਵਾਲਾ ਨਹੀਂ, ਉਲਟਾ ਨੁਕਸਾਨ ਹੀ ਨੁਕਸਾਨ ਹੈ। ਔਰ ਹਰ ਐਕਸਪਰਟ ਇਹ ਕਹਿਣ ਲੱਗ ਪਿਆ ਵੀ ਤੁਸੀਂ ਇਹ ਤੁਸੀਂ ਜਿਹੜਾ ਹਰ ਐਕਸਪਰਟ ਕਹਿਣ ਲੱਗ ਪਿਆ ਵੀ ਇਹ ਕਾਨੂੰਨ ਜਿਹੜੇ ਨੇ ਕਿਸਾਨ ਵਿਰੋਧੀ ਨੇ, ਇਸ ਕਰਕੇ ਸਰਕਾਰ ਨੂੰ ਇਹ ਵਾਪਸ ਲੈਣੇ ਹੀ ਪੈਣੇ ਨੇ, ਅੱਜ ਨਹੀਂ ਤਾਂ ਕੱਲ੍ਹ ਵਾਪਸ ਲੈਣੇ ਪੈਣਗੇ। ਸਾਡੀ ਇਹ ਇੱਕ ਅਗਨੀ ਪ੍ਰੀਖਿਆ, ਮੈਂ ਸਮਝਦਾ ਸਾਰੇ ਕਿਸਾਨ ਪਰਿਵਾਰਾਂ ਦੀ, ਸਾਰਿਆਂ ਨੂੰ ਰਲ ਕੇ ਇਹਦੇ 'ਚ ਡਟੇ ਰਹਿਣਾ ਚਾਹੀਦਾ।
किसानी अंदोलन नु पूरे 35 दिन हो चुके ने ते किसान अजे भी दिल्ली दे बॉर्डर ते डटे हुए ने ते दूजे पासे सरकार दे वल्लों पूरे 21 दिनां बाद किसानां नु बैठक दा लिखती सद्दा दित्ता गया सी जिस दे चलदे अज किसानां ते केंद्र सरकार विचकार मीटिंग कीती जा रही है। इस मौके आम आदमी पार्टी दे नेता हरपाल सिंह चीमा ने कहा कि सरकार नु अपना अड़ियल रवैया छड्ड देना चाहीदा है ते किसानां दीआं गल्लां मन लैणियां चाहीदियां ने। सरकार की मीटिंग होने जा रही है, सानू पूर्ण आस आ कि रिजल्ट जिहड़ा हैगा निकल के सामने आऊगा और देश की जिहड़ी बीजेपी की केंद्र की सरकार आ वो ये काले कानून वापस लूगी क्योंकि किसान जिहड़ा हैगा अज इस कड़कमी ठंड के विच इस मैं समझदा बहुत माड़े मौसम के उत्ते एक खुले आसमान के थले खुली छत के थले जिहड़ा हैगा रातां कट रहा है और साडे नौजवान बजुर्ग साडियां मामा भैणां लगातार लंबे अरसे धरने पर बैठे ने गे। मैनूं पूर्ण आस आ कि बीजेपी की सरकार जिहड़ी आ केंद्र सरकार मोदी साहब जिहड़े हैगे ने गे वो अपना अड़िया रवैया छड्ड के किसानां दी गल मनणगे क्योंकि इस समय बीजेपी गल कह रही है कि असीं 80% सौदा करन नूं तैयार हाँ, असीं 90% सौदा करन नूं तैयार हाँ। जदों 80-90% सौदा करन नूं तैयार ने तो मैं समझदा उन्होंने पूरा कानून बदलना चाहिए। जदों आप मानते हैं कि 90% कानून गलत बन गया तो 100% जिहड़ा हैगा बदल च की इतराज होना चाहिए। सो मैं समझदा कि अज बीजेपी जिहड़ी आ अपना हैंकड़पणा अज अपना अड़िया रवैया छड्ड के अज देश के किसानों की गल मन के ये काले कानून वापस लवेगी।